नमस्ते, सत श्री अकाल, आदाब। चलिए, हम पहुँचे हैं खालसा कॉलेज माटुंगा, जहाँ पे साहिबजादों की शहीदी गुरपुरब के बारे में प्रोग्राम रखा गया है और मेडिकल के कई चीज़ों क्रम जो फ्री सेवा रखी गई है। चलिए आपको दिखाते हैं, चलते हैं। देखिए संगत की भीड़। वाहेगुरु ਜਿਹੜੀ ਫਤਿਹਗੜ੍ਹ ਦੀ ਧਰਤੀ ਤੇ 300 ਸਾਲਾਂ ਸ਼ਤਾਬਦੀ ਅਟੈਚ ਕੀਤਾ, ਹੁਣ ਇੱਕ ਅਦਾਰਾ ਇਹ ਚਲਾਉਣਗੇ, ਉਹ ਵੀ ਅਦਾਰਾ ਜਿਹੜਾ ਭਾਵੇਂ ਉੱਥੇ ਆਪਣੀ ਕਮੇਟੀ ਰਿਆਸਤ ਆ, ਉਹ ਨਾਲ ਵੀ ਇਹ ਤੌਰ ਦੇ ਉੱਤੇ ਵੀ ਹਰ ਇੱਕ कॉलेज के स्टूडेंट्स हर जगह पे गुरसिखों का स्वागत करने के लिए खड़े हैं। ਬਹੁਤ ਵੱਡੀ ਕੀਤੀ ਆ।
ਚਾਰ ਸਾਹਿਬਜ਼ਾਦੇ ਦੁਖੀ ਸ਼ਹੀਦੀ ਨੀਂਹਾਂ 'ਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਵਾਹਿਗੁਰੂ ਫਤਿਹ। ਅਗਰ ਬਦਲ ਦੇ ਵਕਤ ਕੀ ਰਫਤਾਰ ਕੌਣ ਰੋਕੇਗਾ, ਮੇਰੇ ਖਿਆਲ ਕੀ ਪਰਵਾਜ਼ ਰੋਕਣੇ ਵਾਲੇ ਗੁਰੂ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸੰਗਤ ਕਾ ਹਜ਼ੂਮ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵਧਾਈ ਦਿੰਦਾ, ਧੰਨਵਾਦ ਕਰਦਾ ਕਿ ਅੱਜ ਜੋ ਬੰਬਈ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਖਾਲਸਾ ਕਾਲਜ ਮਟੁੰਗਾ ਦੇ ਵਿੱਚ ਇੱਕ ਵਿਸ਼ਾਲ ਜਨ ਸਭਾ, ਵਿਸ਼ਾਲ ਕੀਰਤਨ ਦਰਬਾਰ, ਵਿਸ਼ੇਸ਼ ਗੁਰਬਾਣੀ ਵਿਚਾਰ ਡੈਡੀਕੇਟਿਡ ਟੂ ਸੁਪਰੀਮ ਸੈਕਰੀਫਾਈਸ ਆਫ ਛੋਟੇ ਸਾਹਿਬਜ਼ਾਦਾ ਜੀ, ਜਿਨ੍ਹਾਂ ਬਾਰੇ ਜਿਨ੍ਹਾਂ ਦੇ ਦੋ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। 2-9 ਸਾਲ ਤੇ ਸਾਹਿਬ ਚਲਾ ਲਈਏ, ਅਸੀਂ ਪੰਜਾਬ ਦੇ ਵਿੱਚ ਸਕਿਲਿੰਗ ਦਾ ਲੰਗਰ ਚਲਾਇਆ ਤਾਂ ਕਿ ਆਪਾਂ ਸਕਿਲਿੰਗ ਕਰਾ ਕੇ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਲਵਾ ਸਕੀਏ। ਬੰਦੀ ਸਿੱਖਾਂ ਦੀ ਵੀ ਆਵਾਜ਼ ਜੋ SGPC ਨੇ ਚੁੱਕੀ ਹੈ, ਦਾਸ ਨੇ ਵੀ ਪਾਰਲੀਮੈਂਟ 'ਚ ਚੁੱਕੀ ਹੈ, ਹੋਰ ਜਿਹੜੀਆਂ ਪੰਜਾਬ ਦੀਆਂ ਸਿੱਖ ਕਿਸਾਨਾਂ ਦੇ ਨਾਲ ਵਧੀਕੀਆਂ, ਹੋਰ ਵੀ ਉਚੇਰੀ ਸਿੱਖਿਆ ਪੜ੍ਹਾਉਣ ਲਈ ਆਪ ਸਭ ਸੰਗਤ ਤੋਂ ਮੈਂ ਆਸ਼ੀਰਵਾਦ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਆਪ ਜੀ ਦੇ ਸਨਮੁੱਖ ਬਹੁਤ ਹੀ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋ ਦਹਰਾ ਚਪੂਰ ਹਾਜ਼ਰਾ ਖਜੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ
ਗੁਰੂ ਖਾਲਸਾ ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ, ਸਾਰੀ ਸੰਗਤ ਹੱਥ ਜੋੜ ਪਦਵ ਸਤਿਕਾਰ ਸਹਿਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਬਈ ਦੀ ਧਰਤੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਇਸ ਵਿੱਦਿਅਕ ਅਦਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਕਾਲਜ ਵਿਖੇ ਅੱਜ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਆਧਾਰ 'ਤੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਲਖ 'ਤੇ ਜ਼ਿਕਰ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਜੀ, ਸਾਹਿਬ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਔਰ ਸਤਿਗੁਰਾਂ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਪਦੋਤੀ ਲਾਸਾਨੀ ਸ਼ਹਾਦਤ ਦੇ ਸੰਬੰਧ ਵਿੱਚ ਜੁੜ ਬੈਠੇ ਹਾਂ। ਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਆਪਣੇ ਤੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਔਰ ਕੁਝ ਸਿੰਘਾਂ ਦੇ ਸਮੇਤ ਸਰਸਾ ਨਦੀ ਨੂੰ ਪਾਰ ਕਰਦੇ ਨੇ। ਗੁਰਮੁਖੋ ਪਰਿਵਾਰ ਵਿਛੋੜਾ ਸਾਹਿਬ ਦੀ ਉਹ ਧਰਤੀ ਸਾਨੂੰ ਬਹੁਤ ਵੱਡੀ ਇੱਕ ਸਿੱਖਿਆ ਦਿੰਦੀ ਹੈ ਕਿ ਪੋਹ ਦਾ ਮਹੀਨਾ ਤਕਰੀਬਨ 319 ਸਾਲ ਨੇ ਕਿ ਕੁਝ ਲੇਟ ਗਏ, ਜੀ ਮੀਂਹ ਪੇ, ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇ ਨੇ, ਕਈ ਤਲਵਾਰ ਕੋ ਉਠਾ ਕਰ, ਗੋਬਿੰਦ ਵਿੱਚ ਤੂੰ ਤੂੰ ਹੀ ਤੂੰ ਥਾ ਮੂੰਹ ਸੇ ਨਿਕਲਤਾ, ਵਾਹਿਗੁਰੂ ਵਾਹਿਗੁਰੂ ਥਾ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗੁਜ਼ਰੀ, ਜ਼ਿਕਰੇ ਖੁਦਾ ਮੇ ਖੈਮੇ ਸੇ ਬਾਹਰ ਆਏ, ਸਰਕਾਰ ਹਵਾ ਮੇ ਕਦਮੋ ਸੇ ਟਹਿਲਤੇ ਥੇ, ਦਿਲ ਥਾ ਦੁਆ ਮੇ ਕਰਤਾਰ ਕੋ ਕਹਤੇ ਹੈ ਕੁਛ ਹੂੰ ਤੇਰੀ ਰਜ਼ਾ ਮੇ, ਖੁਦਾ ਕੋ ਕਹਤੇ ਹੈ ਗੋਇਆ ਰੂਬਰੂ ਹੋ ਕਰ, ਕਲ ਚਮਕੌਰ ਸੇ ਜਾਊਂਗਾ ਮੈਂ।
ਹਮ ਚਾਤੁਰ ਗੋਬਿੰਦ ਕੇ ਮੇਰਾ ਪਾਰਾ।
ਸਤਿ ਸ਼੍ਰੀ ਅਕਾਲ।